ਹਜ਼ਰਤ ਬਕਰ ਨੇ ਆਖਿਆ ਯਾ ਰਸੂਲਾ ਹੁਣ ਕੀ ਬਣੂਗਾ, ਅਗਰ ਸਿਰਫ ਇਹਨਾਂ ਨੇ ਥੱਲੇ ਜ਼ਰਾ ਵੇਖ ਲਿਆ ਨਾ ਅਸੀਂ ਨਜ਼ਰ ਆ ਜਾਣਾ, ਹੁਣ ਬਚਾਓ ਦੀ ਕੋਈ ਸੂਰਤ ਨਹੀਂ। ਇੱਥੇ ਫਿਰ ਸਾਡੇ ਲੋਕਾਂ ਨੇ ਕੁਛ ਆਪਣੇ ਦਿਲ ਨੂੰ ਤਸੱਲੀ ਦੇਣੀ, ਕਿਉਂਕਿ ਮਾਦੀ ਅਸਬਾਬ ਦੇ ਅਸੀਂ ਪਾਬੰਦ ਨਾ ਵੀ ਨਹੀਂ ਯਾਰ, ਫਿਰ ਕੀ ਰੱਬ ਨੇ ਕੀਤਾ ਦੇ, ਇੱਕ ਮੱਕੜੀ ਨੂੰ ਹੁਕਮ ਦਿੱਤਾ ਤੂੰ ਜਾਲਾ ਤਨ ਦੇ, ਦੋ ਕਬੂਤਰਾਂ ਨੂੰ ਆਖਿਆ ਆਂਡੇ ਦੇ ਦਿਓ, ਇੱਕ ਕਿੱਕਰ ਦੇ ਦਰਖਤ ਨੂੰ ਆਖਿਆ ਉੱਗ ਜਾ, ਛੋਟਾ ਜਿਹਾ ਕਿੱਕਰ ਦਾ ਦਰਖਤ ਵੀ ਉੱਗ ਪਿਆ, ਜਾਲਾ ਹੋ ਗਿਆ, ਪਿੱਛੇ ਕਬੂਤਰ ਬਹਿ ਗਿਆ ਆਂਡਿਆਂ ਦੇ, ਉਹ ਆਏ ਉਹਨੂੰ ਆਖਿਆ ਨਹੀਂ ਤੂੰ ਖੋਜੀ ਭੁੱਲ ਜਾਂਦਾ ਸੀ ਇੱਥੇ ਹੋ ਸਕਦੇ ਹੋ, ਇਹ ਜਾਲਾ ਨਾ ਟੁੱਟ ਜਾਂਦਾ ਅਤੇ ਕਬੂਤਰਾਂ ਦੇ ਆਂਡੇ ਨਾ ਟੁੱਟਦੇ, ਇਹ ਗੱਲ ਬਣਾਈ, ਗੱਲਾਂ ਝੂਠੀਆਂ, ਇਹਨਾਂ 'ਚ ਕੋਈ ਸੱਚ ਨਹੀਂ, ਸਿਰਫ ਅੱਲਾਹ ਦੀ ਤਾਕਤ ਹੈ, ਚਾਹੇ ਮੇਰੀਆਂ ਅੱਖਾਂ ਇਹੋ ਜਿਹੜੀਆਂ ਇਹਨਾਂ ਨੂੰ ਹੁਣੇ ਬੇਨੂਰ ਕਰਦੇ ਨਾ ਵੇਖਣ, ਅੱਲਾਹ ਤਾਲਾ ਆਂਦਾ ਆਈ ਆ ਦਊ ਬਜਨੂ ਦੇ ਲੰਮ ਤਰਾ, ਐਸੇ ਲਸ਼ਕਰਾਂ ਨਾਲ ਮੈਂ ਮਦਦ ਕੀਤੀ ਜਿਹੜੇ ਤੁਹਾਨੂੰ ਨਜ਼ਰ ਵੀ ਨਹੀਂ ਆਉਣ। ਤਦ ਆਪ ਨੇ ਆਖਿਆ ਅਬੂ ਬਕਰ ਮਾ ਜ਼ੰਨੋ ਕਿ ਬਿਸਨੈਨ ਅੱਲਾਹ ਸਾਲਿਸਹੁਮਾ, ਤੇਰਾ ਕੀ ਖਿਆਲ ਹੈ ਕਿ ਦੋ ਬੰਦੇ ਜਿਹਨਾਂ ਦੇ ਨਾਲ ਤੀਸਰਾ ਅੱਲਾਹ ਹੋਵੇ ਉਹਨਾਂ ਦਾ ਕੋਈ ਵਿਗਾੜ ਸਕਦਾ, ਬਹਿ ਤੁਰੇ ਫਿਰ ਮੈਂ ਔਰ ਤੂੰ ਇਕੱਲੇ ਰੱਬ ਨਾਲ, ਔਰ ਕੁਰਾਨ ਪਾਕ ਨੇ ਹਜ਼ੂਰ ਦਾ ਬੋਲ ਜਿਹੜਾ ਉਹਨੂੰ ਮਹਿਫੂਜ਼ ਕਰ ਲਿਆ ਕਿ ਯਕੂਲ ਉਹਦੇ ਸਾਹਿਬ, ਕਿ ਉਹ ਵਕਤ ਯਾਦ ਕਰੋ ਹੁਣ ਤੇ ਮਦੀਨੇ ਗਈ ਨੇ ਲਸ਼ਕਰ ਹਜ਼ੂਰ ਦੇ ਨਾਲ, ਉਸੇ ਕੌਣ ਸੀ ਇਹ ਅਖਰਜ ਉੱਲਾ ਕਫਰ ਉਸਾਨੀ ਸੁਣਾ, ਸਿਰਫ ਦੋ ਬੰਦੇ ਸੀ ਨਾ ਮੱਕਿਓ ਨਿਕਲੇ, ਅਰਗਾਰ ਸੀ ਤੇ ਆਪਨੇ ਪਰੇਸ਼ਾਨੀ ਲੈ ਕੇ ਹਜ਼ਰਤ ਬਕਰ ਉਹਦੀ ਆਖਿਆ ਲਾ ਤਹਜ਼ਨ, ਕੋਈ ਫਿਕਰ ਨਾ ਕਰੇ, ਲਾ ਮਾਨ ਅੱਲਾਹ ਸਾਡੇ ਨਾਲ, ਐ ਕਿੱਧਰ ਜ਼ਿੰਦਾਨ ਗਮ ਬਾਸੀ ਅਸੀਰ ਅਜ਼ਨਬੀ ਤਾਲੀਮ ਲਾ ਤਹਜ਼ਨ ਬਗੀ, ਇੱਕ ਬਾਰ ਆਉਂਦਾ ਜੇ ਗਮਾਂ 'ਚ ਫਸ ਜਾਵੇਂ ਪਰੇਸ਼ਾਨੀਆਂ ਕੇਰ ਲੈਣ, ਉਦੋਂ ਵੱਡੀ ਪਰੇਸ਼ਾਨੀ ਆਉਣੀ ਜਿਹੜੀ ਗਾਰੇ ਸੌਰ ਦੇ ਦਰਵਾਜ਼ੇ 'ਚ, ਤੂੰ ਨਬੀ ਕੋਲੋਂ ਸਬਕ ਫਿਰ ਲਾ ਤਹਜ਼ਨ ਦਾ ਪੜ, ਜਿਹੜਾ ਆਪਨੇ ਆਖਿਆ ਫਿਕਰ ਨਾ ਕਰ ਅੱਲਾਹ ਨਾਲ ਹੈ, ਇਹ ਸਬਕ ਯਾਦ ਕਰ, ਈ ਸਬਕ ਸਿੱਦੀਕ ਰਾ ਸਿੱਦੀਕ ਕਰ, ਕਹਿੰਦਾ ਇਸੇ ਫਿਕਰੇ ਨੇ ਸਿੱਦੀਕ ਨੂੰ ਸਿੱਦੀਕ ਕਰਤਾ ਨਾ, ਫਿਰ ਪਰੇਸ਼ਾਨੀ ਜਾਂਦੀ ਰਹੀ, ਤਸੱਲੀ ਹੋ ਗਈ, ਮੁਤਮਿਨ ਹੋ ਕੇ ਬਹਿਰ ਸਰ ਖੁਸ਼ ਪੈਮਾਨਾ ਇਹ ਤਹਕੀਕ ਕਰ, ਐਸਾ ਪਿਆਲਾ ਪਿਆਇਆ ਬਹੁ ਬਕਰ ਨਸ਼ੇ 'ਚ ਆ ਗਿਆ, ਫਿਰ ਗਮ ਫਿਕਰ ਸਾਰੇ ਜਾਂਦੇ ਰਹੇ। ਰੱਬ ਨੇ ਸਾਮਾਨ ਕੀਤਾ, ਹਕਾਇਕ 'ਚ ਲਾਉਣੇ ਨਹੀਂ ਚਾਹੀਦੇ ਆਪਸ ਦੀ ਲੜਾਈਆਂ, ਬਾਹਰੋਂ ਸੱਚੀਆਂ ਗੱਲਾਂ ਵੀ ਲੋਕ ਮੁਨਕਰ ਹੋ ਜਾਂਦੇ। ਅਲੀ ਰਸੂਲਾ ਦੇ ਬਿਸਤਰ 'ਤੇ ਸੁੱਤਾ ਅਬੂ ਬਕਰ ਨਾਲ, ਸੱਚੀ ਸਿੱਧੀ ਗੱਲ, ਕੁਛ ਹੁਣ ਅਲੀ ਦੇ ਹਾਮੀ ਆ, ਉਹਨਾਂ ਦਾ ਇਹ ਇਰਾਦਾ ਵੀ ਨਹੀਂ ਅਬੂ ਬਕਰ ਕੋਈ ਨਹੀਂ, ਜੇ ਉਹਦੇ ਚੀਖਦਾ ਚਾਹੁੰਦਾ ਝੂਠ ਬੋਲਦੇ ਲੋਕ, ਕੁਛ ਆਉਂਦੇ ਨਹੀਂ ਅਲੀ ਕਿਸੇ ਅਲੀ ਨੂੰ ਤਸੱਲੀ ਸੀ ਮੈਨੂੰ ਇੱਕ ਕਾਲਾ ਮਾਰ ਸਕਦੇ, ਬਈ ਮਾਰ ਦਿੰਦੇ ਤੁਸੀਂ ਫੜ ਲੈਣਾ ਹੈ ਤੇ ਮੌਤ ਲਈ ਉੱਥੇ ਲੇਟੇ ਹੋਏ। ਖਾਣਾ ਰੋਜ਼ਾਨਾ ਹਜ਼ਰਤ ਅਬੂ ਬਕਰ ਦਾ ਗੁਲਾਮ ਆਮਿਰ ਬਿਨ ਫੁਹੈਰਾ, ਇਹ ਸਾਰਾ ਦਿਨ ਕਾਫਰਾਂ ਦੇ ਨਾਲ ਬੱਕਰੀਆਂ 'ਚ ਰਹਿੰਦਾ, ਮੁੜ ਕੇ ਹਨੇਰੇ ਹੋਏ ਬੱਕਰੀਆਂ ਗਾਰੇ ਸੌਰ ਦੇ ਲੱਗ ਜਾਂਦੀ ਗਾਰਨੀ, ਦੁੱਧ ਚੋ ਕੇ ਡੇ ਜਾਣਾ, ਰਸੂਲਾ ਨੇ ਹਜ਼ਰਤ ਅਬੂ ਬਕਰ ਨੇ ਪੀਣਾ। ਰਾਤ ਨੂੰ ਹਜ਼ਰਤ ਅਬੂ ਬਕਰ ਦਾ ਬੇਟਾ ਅਬਦੁੱਲਾ ਇਹਨੇ ਘਰੋਂ ਆਉਣਾ, ਮੱਕੇ 'ਚ ਜੋ ਕੁਛ ਸੀ ਦੌੜ ਦੂ ਬਿਆਨ ਨੂੰ ਨੱਠੇ ਫਿਰਦੇ ਆ ਕੇ ਸਾਰੀ ਖਬਰ ਆ ਕੇ ਦੇਣੀ। ਤਿੰਨ ਦਿਨ ਇਸੇ ਤਰ੍ਹਾਂ ਹੀ ਹੁੰਦਾ ਰਿਹਾ, ਅਬਦੁੱਲਾ ਬਿਨ ਅਬੀ ਬਕਰ ਖਬਰਾਂ ਦਿੰਦੇ ਰਹੇ, ਆਮਿਰ ਬਿਨ ਫੁਹੈਰਾ ਸਾਰਾ ਜਿਹੜਾ ਖਾਣਾ ਪੀਣਾ ਦੇ ਜਾਂਦੇ। ਤੀਸਰੇ ਦਿਨ ਆਪਨੇ ਆਮਿਰ ਨੂੰ ਆਖਿਆ ਵੀ ਊਂਟੀਆਂ ਲਾਇਓ, ਉਹ ਤਿੰਨੇ ਊਂਟੀਆਂ, ਦੋ ਊਂਟੀਆਂ ਜਿਹੜੀ ਅਸੀਂ ਆ ਗਈਆਂ, ਚਾਰ ਬੰਦਿਆਂ ਦਾ ਕਾਫਲਾ ਚੱਲ ਪਿਆ। ਅੱਲਾਹ ਦੇ ਰਸੂਲ ਅਲੈਹਿ ਸਲਾਮ ਸੀ, ਹਜ਼ਰਤ ਅਬੂ ਬਕਰ ਦੀਆਂ ਸੀ, ਹਜ਼ਰਤ ਅਬੂ ਬਕਰ ਦਾ ਨਾਮ ਵੀ ਯਾਦ ਰੱਖ ਸਕੋ ਨਾ, ਕੰਮ ਕੇ ਦਿਲ ਨੂੰ ਪਤਾ ਹੋਣਾ ਚਾਹੀਦਾ ਨਾ ਵੀ ਅਬਦੁੱਲਾ ਸੀ। ਅਬੂ ਬਕਰ ਦੇ ਕੁਨੀ ਜਿਹਦੇ ਨਾਲ ਜਿਵੇਂ ਹਜ਼ਰਤ ਅਲੀ ਨੂੰ ਅਸੀਂ ਅਬੁਲ ਹਸਨ ਆਖੀਏ, ਹਜ਼ਰਤ ਉਸਮਾਨ ਅਦੀ ਨੂੰ ਅਬੂ ਅਮਰ ਆਖੀਏ, ਉਹ ਬੇਟਿਆਂ ਦੇ ਨਾਂ 'ਤੇ ਫਲਾਂ ਦਾ ਅੱਬਾ, ਇੱਕ ਅਦਬ ਦਾ ਤਰੀਕਾ, ਨਾਂ ਜਿਹੜਾ ਉਹ ਹਜ਼ਰਤ ਅਬੂ ਬਕਰ ਦਾ ਅਬਦੁੱਲਾ, ਉਹਨਾਂ ਦੇ ਵਾਲਦ ਅਬੂ ਕੁਹਾਫਾ ਜਿਹੜੇ ਉਸਮਾਨ, ਅਬਦੁੱਲਾ ਬਿਨ ਉਸਮਾਨ, ਆਮਿਰ ਬਿਨ ਫੁਹੈਰਾ, ਹਜ਼ਰਤ ਅਬੂ ਬਕਰ ਸੂਰਲਾ, ਔਰ ਚੌਥਾ ਜਿਹੜਾ ਨਾ ਅਬਦੁੱਲਾ ਬਿਨ ਉਰੈਕ ਅਲੈਸ, ਕਾਫਿਰ ਮਗਰ ਰਾਹ ਰਸਤਿਆਂ ਦਾ ਵਾਕਫ, ਕਿਉਂਕਿ ਆਮ ਸੜਕੇ ਜਾਣਾ ਨਹੀਂ ਸੀ, ਕਾਫਰ ਦਿਨ ਰਾਤ ਦੌੜ ਰਹੇ ਜੰਗਲਾਂ ਔਰ ਬਿਆਬਾਨਾਂ ਤੋਂ, ਉਹ ਅਬਦੁੱਲਾ ਬਿਨ ਉਰੈਕ ਮੁਸ਼ਰਿਕ, ਮਗਰ ਮਜ਼ਦੂਰੀ 'ਚ ਮੰਨ ਗਿਆ ਅਤੇ ਬੰਦਾ ਨੇਕ, ਅਤੇ ਪੇਚ ਨਹੀਂ ਉਹਨੇ ਦਿੱਤਾ ਕਰੇ, ਨਹੀਂ ਤਾਂ ਕਾਫਰ ਹੁੰਦਾ ਰਾਤ ਖੋਲ ਦਿੰਦਾ ਵੀ ਉਹ 'ਚ ਫਲਾਣੇ ਤਾਂ ਬੈਠੇ ਹੈ ਨਹੀਂ, ਰਸਤੇ 'ਚ ਉਹਨੇ ਕਿਸੇ ਨੂੰ ਇਲਮ ਨਹੀਂ ਆਉਣ ਦਿੱਤਾ, ਬੜੀ ਹਿਫਾਜ਼ਤ ਨਾਲ ਬੜੇ ਅੱਛੇ ਤਰੀਕੇ ਨਾਲ, ਫਿਰ ਬਿਆਬਾਨਾਂ 'ਚ ਲੈ ਕੇ ਨਬੀ ਅਲੈਹਿ ਸਲਾਮ ਨੂੰ ਜਾ ਰਿਹਾ। ਰਸਤੇ 'ਚ ਬਹੁਤ ਸਾਰੇ ਕਬੀਲਿਆਂ ਦੇ ਲੋਕ ਹਜ਼ਰਤ ਅਬੂ ਬਕਰ ਅਜ਼ੀ ਨੂੰ ਜਾਣਦੇ ਸੀ, ਕਿਉਂਕਿ ਉਹ ਤਜਾਰਤ ਲਈ ਆਉਂਦੇ ਜਾਂਦੇ ਸੀ, ਬੜਾ ਕਾਰੋਬਾਰ ਸੀ ਉਹਨਾਂ ਦਾ, ਲੋਕ ਵਾਕਫ ਸੀ, ਉਹਨਾਂ ਨੂੰ ਫਿਰ ਪੁੱਛਦੇ ਸੀ ਵੀ ਆਹ ਬੰਦਾ ਨਾਲ ਕੌਣ। ਹੁਣ ਹਜ਼ਰਤ ਅਬੂ ਬਕਰ ਅਜ਼ੀ ਨੂੰ ਦਨਾਈ ਤੋਂ ਕੰਮ ਲਈਦੇ ਸੀ, ਕਹਿੰਦੇ ਇਹੋ ਹੀ ਨਬੀ ਅਜੇ ਨੂੰ ਕਾਫਰ ਲੱਭਦੇ ਫਿਰਦੇ ਤਾਂ ਉਹਨਾਂ ਵੀ ਆਖਣਾ ਸਿਰ 'ਚ ਹੱਥ ਆ ਗਿਆ, ਐਲਾਨ ਸਾਰੇ ਅਰਬ 'ਚ ਹੋਇਆ, ਜਿਹੜਾ ਇਹਨਾਂ ਦਾ ਸਿਰ ਲਿਆਵੇ 100 ਊਂਟ ਇਨਾਮ ਦੇਣਾ, 100 ਊਂਟ ਉਸ ਵਿੱਚ ਕਰੋੜ। ਹਜ਼ਰਤ ਅਬੂ ਬਕਰ ਅਜ਼ੀ ਹੁੰਦੇ ਰਜ ਨੂੰ ਯਾਦ ਨੇ ਸਕੀ,
ਇੱਕ ਆਦਮੀ ਹੈ ਯਾਰ ਜਿਹੜਾ ਮੈਨੂੰ ਰਸਤਾ ਦੱਸਦਾ। ਉਹ ਰਾਜ਼ੀ ਹੋ ਜਾਂਦੇ ਵੀ ਇਹ ਕੋਈ ਇੱਥੋਂ ਜੰਗਲ ਦਾ ਹੀ ਕੋਈ ਆਦਮੀ ਹੈ ਜਿਹਨੇ ਇਹਨੇ ਨਾਲ ਲੈ ਲਿਆ ਵੀ ਮੈਨੂੰ ਰਾਹ ਦਾ ਨਹੀਂ ਪਤਾ ਚੱਲ ਰਾਹ। ਉਹ ਇਹ ਸਮਝਦੇ ਅਬੂ ਬਕਰ ਨੂੰ ਫੜਾਉਂਦੇ ਮੇਰੇ ਦੀਨ ਦੇ ਰਾਹਬਰ ਮੈਨੂੰ ਦੀਨ ਦਾ ਰਸਤਾ ਦੱਸ। ਇਹ ਅਕਲ ਔਰ ਦਨਾਈ ਕਿ ਖਤਰੇ ਹੋਣ ਫਿਰ ਸਮਝ ਤੋਂ ਕੰਮ ਲਓ, ਖਿਆਲ ਨਾ ਮਾਰੋਗੇ। ਕਹਿੰਦੇ ਇਹ ਆਦਮੀ ਮੇਰੇ ਰਾਸਤਾ ਬਤਾਤਾ। ਅੱਲਾਹ ਅਕਬਰ। ਰਸਤੇ 'ਚ ਕਬੀਲਾ ਸੀ ਬਨੂ ਮੁਦਰਜ, ਉਹਨਾਂ ਦਾ ਵੀ ਡੇਰਾ ਸੀ। ਉਹਨਾਂ ਦਾ ਸਰਦਾਰ ਸੀ ਸੁਰਾਕਾ, ਉਹ ਵੀ ਮਹਿਫਲ 'ਚ ਬੈਠਾ ਸੀ। ਬੰਦਾ ਇੱਕ ਆਇਆ, ਉਹਨੇ ਆਖਿਆ ਯਾਰ ਮੈਂ ਕੁਛ ਬੰਦੇ ਊਂਟਣੀਆਂ 'ਤੇ ਸਫ਼ਰ ਕਰਦੇ ਦੇਖੇ। ਦੋ ਬੰਦੇ ਊਂਟਣੀਆਂ 'ਤੇ ਸਵਾਰ ਸੀ। ਉਹ ਜਿੰਨੇ ਲੋਕ ਸੀ ਉਹ ਕਹਿਣਗੇ ਉਹੋ ਹੀ ਬੰਦੇ ਆ, ਚਾਰਾ ਕਰੀਏ ਅਤੇ ਫੜੀਏ ਉਹਨਾਂ ਨੂੰ ਅਤੇ ਮੱਕੇ ਦੇ ਕਾਫਰਾਂ ਦੇ ਹਵਾਲੇ ਕਰੀਏ ਅਤੇ ਇਨਾਮ ਲਈ। ਅੱਲਾਹ ਤਾਲਾ ਆਪ ਵੀ ਜਿਹਦੇ ਨੂੰ ਲਾਉਣਾ ਬੰਦਿਆਂ ਲਾਲਚ, ਸੁਰਾਕਾਂ ਨੂੰ ਲਾਲਚ ਹੋ ਗਿਆ ਵੀ ਮੈਂ ਇਨਾਮ ਲਿਆ। ਉਹਨੇ ਆਖਿਆ ਨਹੀਂ ਯਾਰ ਮੈਂ ਉਹ ਵੇਖ ਕੇ ਆ, ਮੇਰੇ ਸਾਹਮਣੇ ਉਹ ਬੰਦੇ ਲੰਘੇ, ਉਹ ਬੰਦੇ ਕੋਈ ਨਹੀਂ ਗਏ, ਇਹਨਾਂ ਸਾਰਿਆਂ ਨੂੰ ਕਰਤਾ ਠੰਡਾ। ਅਤੇ ਨੌਕਰ ਨੂੰ ਬੁਲਾ ਕੇ ਆਖਿਆ ਵੀ ਮੇਰਾ ਘੋੜਾ ਚੁੱਪ ਕਰਕੇ ਉਹਨੇ ਕਾਠੀ ਸ਼ਾਠੀ ਪਾ ਕੇ ਉਸ ਟੀਲੇ ਦੇ ਪਿਛਲੇ ਪਾਸੇ ਲੈ ਜਾ, ਆਪ ਨੇਜ਼ਾ ਜ਼ਮੀਨ 'ਤੇ ਥਾਂ ਨੂੰ ਕਰਕੇ ਸਿੱਧਾ ਨੂੰ ਕੀਤਾ, ਵੇਖੇ ਨਾ ਕਿੱਧਰ ਚਲੇ। ਚਲਾ ਗਿਆ, ਘੋੜਾ ਤਿਆਰ ਸੀ, ਚੜ ਗਿਆ ਔਰ ਪਿੱਛਾ ਕੀਤਾ। ਪਿੱਛਾ ਕਰਦਿਆਂ ਕਰਦਿਆਂ ਬਿਲਕੁਲ ਰਸੂਲ ਕਰੀਮ ਅਲੈਹਿ ਸਲਾਮ ਦੇ ਔਰ ਹਜ਼ਰਤ ਅਬੂ ਬਕਰ ਦੇ ਕਰੀਬ ਪਹੁੰਚ ਗਿਆ। ਉੱਥੇ ਵੀ ਹਜ਼ਰਤ ਅਬੂ ਬਕਰ ਨੇ ਆਖਿਆ ਯਾਰ ਸੁਹਾ ਸੁਰਾਕਾ 'ਤੇ ਆ ਗਿਆ, ਮਸ਼ਹੂਰ ਬੰਦਾ, ਹੁਣ ਤਾਂ ਅਸੀਂ ਫੜੇ ਗਏ। ਤਾਂ ਆਪਨੇ ਫਰਮਾਇਆ ਨਹੀਂ, ਮੇਰੇ ਔਰ ਤੇਰੇ ਨਾਲ ਅੱਲਾ, ਤੂੰ ਫਿਕਰ ਨਾ ਕਰ, ਕੋਈ ਸਾਡਾ ਕੁਛ ਨਹੀਂ ਵਿਗਾੜ ਸਕਦਾ। ਕਰੀਬ ਆਇਆ, ਘੋੜਾ ਜ਼ਮੀਨ ਚੱਸ ਗਿਆ, ਲੱਤਾਂ ਜ਼ਮੀਨ ਚਲੀਆਂ ਗਈਆਂ। ਕਹਿਣ ਲੱਗਾ ਮੈਂ ਸਮਝਦਾ ਵੀ ਤੁਹਾਡੀ ਦੁਆ ਦਾ ਨਤੀਜਾ, ਮੈਨੂੰ ਮਾਫ਼ੀ ਦਿਓ, ਮੈਂ ਵਾਪਸ ਹੋ ਜਾਣਾ, ਅਤੇ ਬਜਾਏ ਹੁਣ ਤੁਹਾਡੇ ਖਿਲਾਫ਼ ਹੋਣ ਦੇ ਹੁਣ ਮੈਂ ਤੁਹਾਡੇ ਹੱਕ 'ਚ। ਆਪ ਨੇ ਫਰਮਾਇਆ ਬਸ ਤੂੰ ਹੁਣ ਇੰਨਾ ਹੀ ਕਰ। ਨਾਲ ਉਹਨੇ ਇਹ ਮਿਹਨਤ ਕਰ ਲਈ ਵੀ ਮੈਂ ਸਮਝ ਗਿਆ ਤੂੰ ਅੱਲਾਹ ਦਾ ਸੱਚਾ ਰਸੂਲ ਹੈ, ਕਿਸੇ ਦਿਨ ਇਸ ਅਰਬ 'ਤੇ ਤੇਰਾ ਹੀ ਕਬਜ਼ਾ ਹੋਣਾ, ਮੈਨੂੰ ਅਮਾਨ ਲਿਖ ਦੇ, ਹੁਣ ਤੋਂ ਇਹ ਪਰਵਾਨਾ ਲਿਖ ਦੇ ਵੀ ਤੈਨੂੰ ਕੁਛ ਨਹੀਂ ਕਿਹਾ ਜਾਊਗਾ ਹਿਫਾਜ਼ਤ। ਆਪ ਨੇ ਆਮਿਰ ਨੂੰ ਕਿਹਾ ਕੱਢੋ, ਬਸ ਉਹ ਜਿਹੜਾ ਸੀ ਚਮੜੇ ਦਾ ਟੁਕੜਾ ਉੱਤੇ ਤਹਿਰੀਰ ਲਿਖਤੀ। ਉਹ ਬਾਅਦ ਜਦੋਂ ਫਿਰ ਇਸਲਾਮ ਗਾਲਬ ਆਇਆ ਨੇ ਪੇਸ਼ ਕਰਤੀ, ਪਹਿਲਾਂ ਸੂਰਾ ਹਿਜਰਤ ਦੇ ਮੌਕੇ ਤੁਹਾਡੀ ਲਿਖੀ। ਆਪ ਨੇ ਕਹਿਣਾ ਬਿਲਕੁਲ ਅਮਾਨ ਤੈਨੂੰ, ਅਸੀਂ ਆਪਣੇ ਵਾਅਦੇ 'ਤੇ ਕਾਇਮ। ਅੱਲਾਹ ਅਕਬਰ। ਬਸ ਜਦੋਂ ਫਿਰ ਵਾਪਸ ਆ ਗਿਆ, ਜਿਹੜਾ ਜਿਹੜਾ ਕੋਈ ਰਸਤੇ 'ਚ ਮਿਲਿਆ ਉਹਨੂੰ ਇਹਨੇ ਕਹਿੰਦਾ ਯਾਰ ਮੈਂ ਰਸਤਾ ਚੰਗੀ ਤਰ੍ਹਾਂ ਵੇਖ ਲਿਆ, ਇੱਧਰ ਉਹ ਬੰਦੇ ਕੋਈ ਨਹੀਂ। ਇਸ ਤੋਂ ਸਵੇਰੇ ਰਸੂਲ ਕਰੀਮ ਅਲੈਹਿ ਸਲਾਮ ਕਾਨ ਅਵਲ ਨਹਾਰ ਜਾਹਿਦਨ ਰਹਿਮਾ ਵਾਖਿਰਾਹੁ ਹਾਰਿਸ ਅਲਾਮਾ। ਇਬਨ ਕਈਮ ਰਹਿਮਤੁਲਾਹ ਅਲੈਹ ਫਰਮਾਉਂਦੇ ਆ ਦੂਸਰੀ ਜਿਲਦ ਆਜ਼ਾਦ 53 ਸਾਲ ਕਿ ਦਿਨ ਦੇ ਪਹਿਲੇ ਹਿੱਸੇ 'ਚ ਅਬੂ ਬਕਰ ਉਮਰ ਦੇ ਮੁਖਾਲਫ ਜੰਗ ਲੜ ਰਿਹਾ ਸੀ ਅਤੇ ਪਿਛਲੇ ਹਿੱਸੇ 'ਚ ਦੁਆ ਦਾ ਰਾਖਾ ਬਣ ਗਿਆ, ਮੁਹਾਫਿਜ਼ ਬਣ ਗਿਆ। ਉਹਨੇ ਹਿਫਾਜ਼ਤ ਕੀਤੀ ਲੋਕਾਂ ਨੂੰ, ਕਿਹਾ ਨਹੀਂ ਕੋਈ ਨਹੀਂ, ਰਸੂਲ ਕਰੀਮ ਅਲੈਹਿ ਸਲਾਮ ਆਪਣੇ ਰਸਤੇ 'ਚ ਚੱਲਦੇ ਰਹਿਣ। ਮਦੀਨਾ ਸ਼ਰੀਫ ਪਹੁੰਚੇ, ਮਦੀਨਾ ਸ਼ਰੀਫ ਦੇ ਲੋਕਾਂ ਨੂੰ ਨਬੀ ਕਰੀਮ ਸਰਸਰਨ ਦਾ ਪਤਾ ਲੱਗ ਗਿਆ, ਹਜ਼ੂਰ ਪਾਕ ਮੱਕਾ ਛੱਡ ਕੇ ਆ ਰਹੇ। ਉਸ ਵੇਲੇ ਫਿਰ ਉਹ ਰੋਜ਼ਾਨਾ ਨਿਕਲਦੇ ਸੀ, ਸ਼ਹਿਰੋਂ ਬਾਹਰ ਜਾ ਕੇ ਖੜ੍ਹੇ ਰਹਿੰਦੇ, ਅੜੀਕਦੇ ਰਸੂਲ ਕਰੀਮ ਅਲੈਹਿ ਸਲਾਮ ਆਉਣ, ਇਸਤਿਕਬਾਲ ਕਰੀਏ, ਖੁਸ਼ੀ ਦੇ ਨਾਅਰੇ ਮਾਰੀਏ, ਵਾਪਸ ਚਲੇ ਜਾਂਦੇ ਜਦੋਂ ਧੁੱਪ ਜ਼ਿਆਦਾ ਹੋ ਜਾਂਦੀ। ਪਲੰਗ ਮਕਾਨ ਯੌਮ ਇਸਨੈਨ ਸਾਨੀ ਅਸ਼ਰ ਰਬੀ ਰਾਸਰਾਮ ਨਬਾ, ਨਬੂਵਤ ਦਾ 13ਵਾਂ ਸਾਲ 12 ਰਬੀ ਰਬਰ ਸੋਮਵਾਰ ਦਾ ਦਿਨ, ਆਪਣੀ ਆਦਤ ਦੇ ਮੁਤਾਬਕ ਖਰਜ ਵਾਲਾ ਆਦਤ, ਗਰਮੀ ਹੋਈ ਵਾਪਸ ਮੁੜਨ ਲੱਗੇ ਤੇ ਇੱਕ ਯਹੂਦੀ ਆਪਣੇ ਕਿਲ੍ਹੇ 'ਤੇ ਉੱਚਾ ਖੜਾ ਸੀ। ਉਸ ਆਖਿਆ ਮੁਸਲਮਾਨੋ ਜਿਹਨੂੰ ਤੁਸੀਂ ਅੜੀਕਦੇ, ਯਾ ਬਣੀ ਕੈਲਾ ਹਾਜ਼ਾ ਸਾਹਿਬ ਹੁਕਮ ਕਰਦਾ, ਇਹ ਤੁਹਾਡਾ ਪੈਗੰਬਰ ਆ ਗਿਆ ਜਿਹਦੇ ਤੁਸੀਂ ਮੁੰਤਜ਼ਰ ਸੀ ਨਾ, ਖੁਦਾ ਦਾ ਨਬੀ ਆ ਗਿਆ, ਇਹਦੀ ਤੁਹਾਨੂੰ ਹਾਜ਼ਾ ਜਿੱਦੋ ਕਮੁੱਲਾ ਜੀ ਤੰਤਾ ਦੇ ਰੂਨੋ, ਇਹਨੂੰ ਤੁਸੀਂ ਢੂੰਡਦੇ ਸੀ, ਵਾਪਸ ਨਾ ਹੁਣ ਮੁੜੋ, ਤੁਹਾਡਾ ਸ਼ੌਕ ਪੂਰਾ ਹੋ ਗਿਆ। ਦਵਾ ਦਵਾ ਉਹਨਾਂ ਨੇ ਆਪਣੇ ਹਥਿਆਰ ਲਗਾਏ, ਤਿਆਰ ਹੋ ਗਏ ਕਿ ਰਸੂਲ ਅੱਲਾਹ ਆਉਣ ਅਤੇ ਇਸਤਿਕਬਾਲ ਕਰੀਏ। ਤੋ ਨਬੀ ਕਰੀਮ ਸੱਲਾ ਸਲਮ ਜਦੋਂ ਆਏ ਵਾ ਸੋਮਿਆਂ 'ਤੇ ਰਜਬਾ ਵ ਤਕਬੀਰ ਫੀ ਬਣੀ ਅਮਰ ਬਿਨ ਆਫ ਵ ਕਬਰ ਮੁਸਲਮੀਨ ਮੁਸਲਮੂਨ ਫਰਾਮ ਬੇ ਕਦੂਮ ਏ। ਬਸ ਫਿਰ ਜਿਹੜਾ ਬਨੂ ਅਮਰ ਬਿਨ ਆਫ ਦਾ ਕਬੀਲਾ ਸੀ ਕੁਬਾਜ, ਉੱਥੇ ਤਕਬੀਰ ਹੀ ਤਕਬੀਰ,